ਉਹਨਾਂ ਨੇ ਆਪਣੇ ਲਈ ਇੱਕ ਨੋਨ ਅਵੇਲੇਬਲ ਅਫੈਂਸ ਕ੍ਰੀਏਟ ਕਰਾ ਲਿਆ ਅਤੇ ਜਿਹੜਾ ਵੀ ਕੋਈ ਬੰਦਾ ਜੀ ਪੜ੍ਹ ਕੇ ਹਸਪਤਾਲ ਵਿੱਚ ਡਾਕਟਰ ਨਾਲ ਮਿਸਬਿਹੇਵ ਕਰੂਗਾ ਜਾਂ ਉਹਦੇ ਤੋੜ ਭੰਨ ਕਰੂਗਾ ਉਹਦੇ 'ਤੇ ਨੋਨ ਅਵੇਲੇਬਲ ਅਫੈਂਸ ਲੱਗਣਾ ਜੀ ਉਹਦੇ 452 ਦੂਜੀ ਧਾਰਾ ਹੋਰ ਨਹੀਂ ਸਪੈਸ਼ਲ ਐਕਟ ਬਣਾ ਕੇ ਉਹਨੂੰ ਚਲਾਉਣਾ ਅਤੇ ਆਪਾਂ ਜਿਹੜੇ ਕਾਨੂੰਨ ਦੇ ਜਾਣਕਾਰ ਸਭ ਕੁਝ ਗਿਆਤਾ ਅਸੀਂ ਲੋਕਾਂ ਨੂੰ ਦਵਾਉਂਦੇ ਹਾਂ ਇੱਥੇ ਇਨਸਾਫ਼ ਅਤੇ ਆਪਣੇ ਲਈ ਆਪਾਂ ਐਡਵੋਕੇਟ ਸਿਕਿਉਰਟੀ ਐਕਟ ਦੇ ਵਿੱਚ ਅਮੈਂਡਮੈਂਟ ਹੀ ਕਰਵਾ ਦਿੱਤੇ ਔਰ ਉੱਤੋਂ ਦੀ ਹੁਣੇ ਇਸੀ ਸਾਲ ਸਾਡੇ ਉੱਪਰ ਸਰਕਾਰ ਨੇ ਜਿਹੜਾ ਸਾਡਾ ਸਟ੍ਰਾਈਕ ਕਰਨ ਦਾ ਰਾਈਟ ਹੈ ਉਹ ਵੀ ਲੈ ਵਕੀਲਾਂ ਦੇ ਆਪਣੀ ਦੁਰਦਸ਼ਾ ਦੇਖੀ ਅਸੀਂ ਪਹਿਲਾਂ ਆਪਣੀ ਅੱਜ ਦੀ ਡੇਟ ਦੇ ਵਿੱਚ ਇਤਫਾਕ ਰੱਖਣਾ ਬਹੁਤ ਜ਼ਰੂਰੀ ਹੈ ਵਰਨਾ ਅੱਗੇ ਆਪਣਾ ਫਿਊਚਰ ਕੀ ਹੋਣਾ ਇੱਧਰੋਂ ਕੋਰਟ ਤੋਂ ਗਾਣਾ ਉੱਧਰੋਂ ਕੁਆਇਰੀ ਤੋਂ ਗਾਣਾ ਕਹਿਣੀ ਕਿ ਨਹੀਂ ਉਹਨੇ ਤਾਂ ਝੂਠੀ ਦਰਖਾਸਤ ਵੀ ਦੇ ਦੇਣੀ ਆਉਣਾ ਮਿੰਟ 'ਚ ਬੱਚਾ ਆਉਂਦਾ ਵਕੀਲ ਦੇ ਖਿਲਾਫ਼ ਦੇ ਦਰਖਾਸਤ ਦੇ ਖਿਲਾਫ਼ ਤੇ ਇਹਨੇ ਮੇਰੇ ਕੋਲ 5000 ਤਨਖਾਹ 50,000 ਰਿਹਾ ਅਤੇ ਮੇਰਾ ਕੰਮ ਨਹੀਂ ਕੀਤਾ ਮੇਰੇ ਪੈਸੇ ਮੋੜ ਹੋਊਗਾ ਜਦੋਂ ਨਹੀਂ ਕੁਛ ਹੋਊਗਾ ਜੇ ਆਪਾਂ ਨਹੀਂ ਕੁਛ ਕਰਾਂਗੇ ਤਾਂ ਹੋਣਾ ਹੀ ਹੋਣਾ ਇਹ ਅੱਗੇ ਫਿਊਚਰ ਬਣਨਾ ਹੀ ਬਣਨਾ ਆਪਣਾ ਇਹ 2 ਸਾਲ ਨੂੰ ਬਣ ਜਾਵੇ 4 ਸਾਲ ਨੂੰ ਬਣ ਜਾਵੇ 5 ਸਾਲ ਨੂੰ ਬਣ ਜਾਵੇ ਇਹ ਖੜਾ ਆਪਣੇ ਮੁੱਦਾ ਖੜਾ ਹੀ ਹੈ ਵੀ ਪਹਾੜ ਜਦੋਂ ਮਰਜ਼ੀ ਆਪਣੇ ਡਿੱਗ ਜਾਵੇ ਇਸ ਕਰਕੇ ਜਿਹੜੀ ਸਾਡੀ ਰੀਪ੍ਰਜੈਂਟੇਸ਼ਨ ਆ ਜਾਂਦੀ ਵਾਲੇ ਉੱਪਰ ਸਭ ਤੋਂ ਪਹਿਲਾਂ ਬਾਰ ਕੌਂਸਲ ਆਪਣੀ ਬਾਰ ਕੌਂਸਲ ਆਪਣੀ ਸਟੇਟ ਦੀ ਫਿਰ ਬਾਰ ਕੌਂਸਲ ਆਫ ਇੰਡੀਆ ਅਤੇ ਉਸ ਤੋਂ ਬਾਅਦ ਅੱਗੇ ਜਿਹੜੀ ਹੁਣ ਗੱਲ ਇਹਨਾਂ ਨੇ ਕੀਤੀ ਕਿ ਆਪਾਂ ਐਡਵੋਕੇਟ ਨੂੰ ਪਰਚਾ ਹੋਣ ਤੋਂ ਪਹਿਲਾਂ ਕੁਛ ਤਾਂ ਪਹਿਲਾਂ ਸੁਣਵਾਈ ਹੋਵੇ ਪ੍ਰਾਈਮਾ ਫੇਸੀ ਦੇਖੀ ਜਾਵੇ ਉਹਦੇ ਵਿੱਚ ਪ੍ਰਾਈਮਾ ਫੇਸੀ ਦੇਖ ਸਕਦੀ ਹੈ ਪੁਲਿਸ ਵੀ ਪਈ ਇਹਦੇ ਵਿੱਚ ਉਹਦੇ ਖਿਲਾਫ਼ ਕੋਈ ਸਬੂਤ ਮੈਨੂੰ ਨਜ਼ਰ ਆਉਂਦਾ ਅਤੇ ਉਹ ਵੀ ਵਕੀਲ ਆ ਉਹ ਵੀ ਕੰਮ ਵੀ ਕਰੂਗਾ ਉਹਦੀ ਕੋਈ ਗੱਲ ਨਹੀਂ ਜੇ ਉਹਨੇ ਪਰਚਾ ਇੱਕ ਵਾਰ ਦਰਜ ਕਰਤਾ ਥਾਣੇਦਾਰ ਨੇ ਮੁੜ ਕੇ ਭੁਗਤੀ ਚੱਲ ਜਿਵੇਂ ਆਮ ਜਨਤਾ ਭੁਗਤੀ ਹੈ ਭੁਗਤੀ ਚੱਲ ਉਹਦੇ ਵਿੱਚ ਕੁਛ ਤਾਂ ਸਾਡੀ ਰਿਲੀਫ ਹੋਣਾ ਚਾਹੀਦਾ ਉਹ ਕਿਵੇਂ ਹੋਏਗਾ ਘੱਟੋ ਘੱਟ ਜਿਹੜੀ ਸਾਡੀ ਸਟੇਟ ਦੀ ਅਮੈਂਡਮੈਂਟ ਨੇ ਅਸੀਂ ਆਪਣੇ ਲਈ ਉਹ ਤਾਂ ਕਰਾ ਸਕਦੇ ਹਾਂ ਸੀਐਮ ਸਾਹਿਬ ਨੂੰ ਥਰੂ ਰੀਪ੍ਰਜੈਂਟੇਸ਼ਨ ਦੇ ਕੇ ਜਿਹੜੀ ਸਾਡੀ ਇੱਥੇ ਲੋਕਲ ਬੋਡੀ ਆ ਉਹ ਸਾਡੇ ਲਈ ਕਿਸੇ ਦੇ ਵਿੱਚ ਕਰ ਦਿੰਦੇ ਪਹਿਲੀ ਗੱਲ ਉਹ ਕਿਵੇਂ ਹੋਊਗੀ ਬਾਰ ਕੌਂਸਲ ਸਾਡੇ ਸਾਥ ਬਹੁਤ ਜ਼ਰੂਰੀ ਕਰਦਾ ਕਿਉਂਕਿ ਉਹ ਸਾਡੀ ਜਿਹੜੀ ਹੈ ਮੇਨ ਸਾਡਾ ਹੱਬ ਹੈ ਮੇਨ ਸਾਡੀ ਆਪਣੇ ਮਦਰ ਫਾਦਰ ਨੇ ਕਿ ਜਿਹੜੀ ਸਾਡੀ ਰੀਪ੍ਰਜੈਂਟੇਸ਼ਨ ਉਹਨਾਂ ਨਾਲ ਲੈ ਕੇ ਜਾਣਗੇ ਅਤੇ ਜਿਹੜਾ ਆਪਣਾ ਫੋਰਮ ਹੈ ਜੇ ਅਸੀਂ ਵੀ ਆਪਣੇ ਨਾਲ ਉਹਨਾਂ ਨੂੰ ਸਹਿਯੋਗ ਦਿੰਦੇ ਹਾਂ ਅਸੀਂ ਉਹਨਾਂ ਦੇ ਨਾਲ ਬਾਂਹ ਬਣਦੇ ਹਾਂ ਜਾਂ ਅਸੀਂ ਉਹਨਾਂ ਨਾਲ ਆ ਕੇ ਖੜ੍ਹਦੇ ਹਾਂ ਤਾਂ ਉਹ ਤਾਂ ਉਹਨਾਂ ਨੂੰ ਸਭ ਇੱਕ ਤਾਂ ਉਹਦੀ ਓਪੋਜੀਸ਼ਨ ਵੀ ਹੋ ਜੂਗੀ ਅਤੇ ਇੱਕ ਤਰ੍ਹਾਂ ਕੰਮ ਕਰਨ ਉਹਨਾਂ ਨੂੰ ਕੰਮ ਵੀ ਹੋ ਜੂਗਾ ਵੀ ਅਸੀਂ ਆਪਣੇ ਆਪ ਨੂੰ ਇਸ ਫੋਰਮ ਦੀ ਇੰਨਾ ਸਟਰੋਂਗ ਕਰ ਲਈਏ ਕਿ ਜੇ ਬਾਹਰ ਕੌਂਸਲ ਨਹੀਂ ਕਰਦੇ ਤਾਂ ਅਸੀਂ ਜਾ ਕੇ ਕਰ ਖੜ੍ਹੇ ਹਾਂ ਉੱਥੇ ਤਾਂ ਉਹਨੇ ਬਾਹਰ ਕੌਂਸਲ ਨੂੰ ਕਹਿੰਦੇ ਕਿ ਭਾਈ ਤੂੰ ਵੀ ਐਂ ਖੜ੍ਹ ਉੱਥੇ ਜਿਹਦੀ ਵੀ ਲੋੜ ਹੈ ਇੱਥੇ ਅਤੇ ਕਿੰਨਾ ਵਧੀਆ ਕੰਮ ਹੋ ਜਾਏਗਾ ਇਹ ਜਿਹੜੀ ਸਾਡੀ ਫੋਰਮ ਦੀ ਹੁਣ ਜਿਹੜੀ ਯੂਨਿਟੀ ਹੈ ਇਹ ਸਾਨੂੰ ਹੁਣ ਆਪਣੇ ਆਪ ਦੇਖਣਾ ਪੈਣਾ ਜੇਕਰ ਬਾਹਰ ਕੌਂਸਲ ਵਿੱਚ ਸਾਡੀ ਮੰਨ ਕੇ ਰੀਪ੍ਰਜੈਂਟੇਸ਼ਨ ਆਉਂਦੀ ਹੈ ਨਹੀਂ ਆਉਂਦੀ ਕੋਈ ਸਾਡੀ ਸੁਣਦਾ ਨਹੀਂ ਸੁਣਦਾ ਪਰ ਅਸੀਂ ਆਪਣੇ ਆਪ ਨੂੰ ਇੱਕ ਲੈਵਲ 'ਤੇ ਨਾਲ ਲੈ ਜਾਈਏ ਅਤੇ ਸਾਡੀ ਸੁਣਵਾਈ ਉੱਧਰ ਹੋਵੇ